ਜੇਕਰ ਤੁਸੀਂ ਪਿਛਲੇ 3 ਮਹੀਨੇ ਤੋਂ ਕੈਨੇਡਾ ਦੀ ਆਫਰ ਲੈਟਰ ਦੀ ਵੇਟ ਕਰ ਰਹੇ ਹੋ ਜਾਂ ਆਫਰ ਲੈਟਰ ਆਉਣ ਤੋਂ ਬਾਅਦ ਕੋਰਸ ਕੋਰਿਲੇਸ਼ਨ ਦੇ ਕਾਰਨ ਵੀਜ਼ਾ ਰਿਫਿਊਜ਼ ਕਰਾ ਬੈਠੇ ਹੋ ਔਰ ਹੁਣ ਸੋਚ ਰਹੇ ਹੋ ਕਿ ਮੇਰੇ ਕੋਲ ਨੈਕਸਟ ਸਟੈਪ ਕੀ ਹੈ, ਕਦੋਂ ਸਪਟੰਬਰ ਇਨਟੇਕ ਖੁੱਲੂਗਾ, ਕਦੋਂ ਮੈਂ ਦੁਬਾਰਾ ਵੀਜ਼ਾ ਅਪਲਾਈ ਕਰੂੰਗਾ, ਓਮ ਗਲੋਬਲ ਤੁਹਾਡੇ ਸਾਰਿਆਂ ਲਈ ਲੈ ਕੇ ਆ ਰਿਹਾ ਜਨਵਰੀ ਇਨਟੇਕ ਦੇ ਵਿੱਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਦਾ ਮੌਕਾ। ਹੁਣੇ ਡਾਕੂਮੈਂਟ ਚੱਕੋ, ਓਮ ਗਲੋਬਲ ਦੇ ਵੱਖਰੇ ਵੱਖਰੇ ਸ਼ਹਿਰਾਂ 'ਚ ਹੋ ਰਹੇ ਅਵੇਅਰਨੈਸ ਕੈਂਪੇਨ ਕਮ ਸੈਮੀਨਾਰ ਦਾ ਹਿੱਸਾ ਬਣੋ ਔਰ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰੋ। ਸਾਰੇ ਪੈਸੇ ਤੁਸੀਂ ਉਦੋਂ ਦਿਓਗੇ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਕੇ ਤੁਹਾਡੇ ਹੱਥ ਵਿੱਚ ਹੋਏਗਾ।